ਤਹਾਂਜੀ ਦੋਸਤੋ ਅੱਜ ਦਾ ਅਪਡੇਟਸ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਨੌਜਲਾ ਸਿੰਘਾਂ ਤੇ ਬੋਹੇ ਮੀਆਂ ਬਾਰੇ ਤਹਾਂਜੀ ਦੋਸਤੋ ਪੂਰੀ ਇਨਫੋਰਮੇਸ਼ਨ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਦੀ ਤੁਹਾਨੂੰ ਦੱਸ ਦੇ ਕਿ ਕਰਨੌਜਲਾ ਤੇ ਬੋਹੇ ਮੀਆਂ ਹੋਣਾਂ ਵਾਲੀ ਕੌਂਟਰੋਵਰਸੀ ਹੁਣ ਬਹੁਤ ਹੀ ਹੱਦ ਤੱਕ ਵਾਧੀ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਕੱਲ ਸਿੰਘੇ ਨੇ ਆਪਣੇ ਇੰਸਟਾਗ੍ਰam ਦੇ ਅਕਾਊਂਟ ਉੱਪਰ ਕੁਝ ਸਟੋਰੀਆਂ ਸਾਂਝੀਆਂ ਕੀਤੀਆਂ ਹਨ ਜਿਸ ਦੇ ਵਿੱਚ ਸਿੰਘੇ ਨੇ ਪਹਿਲੀ ਸਟੋਰੀ ਵਿੱਚ ਲਿਖਿਆ ਹੋਇਆ ਹੈ ਕਿ ਸੈਂਡ ਕਰੋ ਜਦੋਂ ਤੱਕ ਤੁਸੀਂ ਮੂੰਹ ਇਸ ਸਟੋਰੀ ਵਿੱਚ ਸਿੰਘੇ ਨੇ ਮਿਡਲ ਫਿੰਗਰ ਯੂਜ਼ ਕੀਤੀ ਹੈ ਅਤੇ ਲਿਖਿਆ ਹੈ ਕਿ ਆਈ ਕਨੋ ਵਾਟ ਯੂਰ ਵਾਂਟ ਹਾਂਜੀ ਸਟਾਰ ਤੇ ਪਤਾ ਨਹੀਂ ਲੱਗਿਆ ਕਿ ਸਿੰਘੇ ਨੇ ਰਿਪਲਾਈ ਹਜੇ ਤੱਕ ਕਿਸ ਨੂੰ ਦਿੱਤਾ ਹੈ ਹਾਂਜੀ ਦੋਸਤੋ ਆਪਣੀ ਦੂਜੀ ਅਪਡੇਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਨ ਔਜਲਾ ਤੇ ਜੇਹਿੰਦ ਬਾਰੇ ਜਿੱਥੇ ਕਿ ਜੇਹਿੰਦ ਨੇ ਕੱਲ ਕਰਨ ਔਜਲਾ ਨੂੰ ਰਿਪਲਾਈ ਕੀਤੇ ਤੇ ਇਸ ਤੋਂ ਬਾਅਦ ਫਿਰ ਕਰਨ ਔਜਲਾ ਨੇ ਵੀ ਸਟੋਰੀ ਪਾ ਕੇ ਜੇਹਿੰਦ ਨੂੰ ਉਹਨਾਂ ਨੂੰ ਰਿਪਲਾਈ ਕੀਤੇ ਤੇ ਤੁਹਾਨੂੰ ਦੱਸਿਆ ਜੇ ਕਿ ਜੇਹਿੰਦ ਨੇ ਇੱਕ ਸਟੋਰੀ ਪਾ ਕੇ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਕਰਨ ਔਜਲਾ ਨੂੰ ਇੱਕ ਵਾਰ ਫਿਰ ਰਿਪਲਾਈ ਕੀਤਾ ਹੈ ਜਿੱਥੇ ਕਿ ਕਰਨ ਔਜਲਾ ਦਾ ਲਾਈਵ ਸ਼ ਰੀ ਗਈਆਂ ਸੀ ਤੇ ਤੁਹਾਨੂੰ ਦੱਸ ਦੇ ਕਿ ਜੇ ਹਿੰਦ ਨੇ ਪੂਰੀ ਵੀਡੀਓ ਸ਼ੇਅਰ ਨਹੀਂ ਕੀਤੀ ਹੈ ਜੇਕਰ ਤੁਸੀਂ ਇਹ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ ਕਿ ਕਰਨ ਉਹ ਜਾਣ ਇਸ ਮੈਟਰ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਸੀ ਤੇ ਤੁਹਾਨੂੰ ਦੱਸ ਦੇ ਕਿ ਕਰਨ ਉਹ ਜਾ ਦੇ ਦੇਖਣ ਆਈ ਸ਼ੋ ਲੋਕ ਉਸ ਬੰਦੇ ਨੂੰ ਗਾਲਾਂ ਕੱਢ ਰਹੇ ਸੀ ਜੋ ਇਸ ਸ਼ੋ ਨੂੰ ਬੰਦ ਕਰਾਉਣਾ ਚਾਹੁੰਦਾ ਸੀ ਤੇ ਥੋੜਾ ਕੀ ਕਹਿਣਾ ਇਹਨਾਂ ਗੱਲਾਂ ਬਾਰੇ ਕਮੈਂਟਾਂ ਵਿੱਚ ਜੋ ਦੱਸ ਕੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ